ਹਾਂਜੀ ਵੀ ਗੱਦਾ ਸਾਰੇ ਜਣੇ ਠੀਕ ਠਾਕ ਜੇ ਦੋ ਵੀਡੀਓ ਤੋਂ ਬਾਅਦ ਦੋ ਇਨਫੋਰਮੇਟਿਵ ਵੀਡੀਓ ਚਾੜੀਆਂ ਸੀਗੀਆਂ ਮੈਂ ਉਸ ਤੋਂ ਬਾਅਦ ਵਲੌਗ ਬਣਾਉਣ ਲੱਗਾ ਮੈਂ ਅੱਜ ਤੁਹਾਨੂੰ ਤੁਸੀਂ ਤਾਂ ਦੇਖ ਹੀ ਲੈਣਾ ਹੁਣ ਹੈ ਨਾ ਅਤੇ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਥੋੜ੍ਹੀ ਬਹੁਤ ਨੌਲੇਜ ਦਊਂਗਾ ਰੀਫਰ ਬਾਰੇ ਠੀਕ ਹੈ ਜੀ ਰੀਫਰ ਦਾ ਕੀ ਹਿਸਾਬ ਹੁੰਦਾ ਰੀਫਰ ਮਤਲਬ ਜਿਹੜਾ ਮੇਰੇ ਕੋਲ ਟ੍ਰੇਲਰ ਆ ਫਰਿੱਜ ਵਾ ਜਿਹੜੀ ਹੈ ਨਾ ਉਹਦੇ ਵਿੱਚ ਜਿਹੜਾ ਆਪਾਂ ਸਬਜ਼ੀਆਂ ਰੱਖਦੇ ਹਾਂ ਮੀਟ ਰੱਖਦੇ ਹਾਂ ਇੱਦਾਂ ਦੀਆਂ ਚੀਜ਼ਾਂ ਆਪਾਂ ਲੋਡ ਕਰਾਉਂਦੇ ਹਾਂ ਅਤੇ ਉਹਨਾਂ ਦਾ ਕੀ ਹਿਸਾਬ ਹੁੰਦਾ ਉਹ ਕਿਵੇਂ ਆਪਾਂ ਉਹਦਾ ਟੈਂਪਰੇਚਰ ਸੈੱਟ ਕਰੀਦਾ ਉਹ ਸਾਰੀ ਨੌਲੇਜ ਅੱਜ ਮੈਂ ਸਾਰੀ ਨਹੀਂ ਮਤਲਬ ਜਿੰਨੀ ਕੁ ਹੋ ਸਕਦੀ ਮੈਂ ਨੌਲੇਜ ਦਊਂਗਾ ਤੁਹਾਨੂੰ ਅਤੇ ਪਹਿਲਾਂ ਤੁਸੀਂ ਆਪਣਾ ਰੋਡ ਦੇਖੋ ਸਾਹਮਣੇ ਨਜ਼ਾਰੇਦਾਰ ਅਤੇ ਗੈਸ ਕਰ ਲਓ ਕਿ ਮੈਂ ਆਇਆ ਕਿੱਧਰ ਹਾਂ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਦੇਖੀਆਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੀ ਸਾਈਡ 'ਤੇ ਆਇਆ ਅਤੇ ਜਿਨ੍ਹਾਂ ਨੇ ਗੈਸ ਕਰ ਲਿਆ ਕਮੈਂਟ ਕਰ ਦਿਓ ਕਿ ਮੈਂ ਕਿੱਧਰ ਆਇਆ ਛੇਤੀ ਛੇਤੀ ਕਮੈਂਟ ਕਰ ਦਿਓ ਮੈਂ ਤੁਹਾਨੂੰ ਦੱਸੂੰਗਾ ਜ਼ਰੂਰ ਕਿ ਮੈਂ ਕਿਹੜੀ ਸਾਈਡ 'ਤੇ ਆਇਆ ਅਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਤੋਂ ਪਹਿਲਾਂ ਹੀ ਅਤੇ ਫਿਰ ਬਾਕੀ ਦੀ ਵੀਡੀਓ ਦੇਖਿਓ ਦੋਸਤੋ ਜਿਹੜਾ ਆਪਣਾ ਰੀਫਰ ਹੈ ਨਾ ਰੀਫਰ ਦਾ ਮੈਂ ਉੱਤਰ ਕੇ ਤੁਹਾਨੂੰ ਦਿਖਾਊਂਗਾ ਜ਼ਰੂਰ ਰੀਫਰ ਮੈਂ ਉਹਨਾਂ ਤੱਕ ਮੈਂ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੇ ਦਿੰਦਾ ਜਿਹੜਾ ਰੀਫਰ ਹੁੰਦਾ ਨਾ ਰੀਫਰ ਦਾ ਜਿਹੜਾ ਆਪਾਂ ਟੈਂਪਰੇਚਰ ਹੁੰਦਾ ਹੈ ਨਾ ਸੁੱਚ ਲੱਗਾ ਹੁੰਦਾ ਬਾਹਰ ਮੀਟਰ ਜਿਹਾ ਜਿੱਦਾਂ ਮੀਟਰ ਕਹਿ ਦਿੰਦੇ ਆਪਾਂ ਮੀਟਰ ਲੱਗਾ ਹੁੰਦਾ ਕੰਟਰੋਲ ਬੋਰਡ ਜਿਹਨੂੰ ਕਹਿ ਦਿੰਦੇ ਆ ਅਤੇ ਇਹਦਾ ਟੈਂਪਰੇਚਰ ਆਪਾਂ ਫੈਰਨ ਹਾਈਟ ਦੇ ਵਿੱਚ ਸੈੱਟ ਕਰਨਾ ਹੁੰਦਾ ਹੈ ਨਾ ਮੰਨ ਲਓ ਕਿ ਆਪਾਂ ਲੋਡ ਚੱਕਿਆ ਟਮਾਟਰਾਂ ਦਾ ਹੈ ਨਾ ਅਤੇ ਟਮਾਟਰ ਜਿਹੜੇ ਹੁੰਦੇ ਆ ਉਹਨੂੰ ਆਪਾਂ ਫਰੀਜ਼ ਨਹੀਂ ਕਰ ਸਕਦੇ ਉਹਨੂੰ ਮਤਲਬ ਕਿ ਆਪਾਂ ਕੀ ਕਹਿ ਲਈਏ ਹਾਂ ਉਹਨੂੰ ਆਪਾਂ ਜਮਾ ਨਹੀਂ ਸਕਦੇ ਬਰਫ਼ ਦੇ ਵਿੱਚ ਜਮਾ ਨਹੀਂ ਸਕਦੇ ਹੈ ਨਾ ਫਰੀਜ਼ ਨਹੀਂ ਕਰ ਸਕਦੇ ਆਪਾਂ ਨੋਰਮਲ ਟੈਂਪਰੇਚਰ 'ਤੇ ਰੱਖਣਾ ਹੁੰਦਾ ਅਤੇ ਉਹਦੇ ਵਾਸਤੇ ਆਪਾਂ ਟੈਂਪਰੇਚਰ ਲਾਉਂਦੇ ਹਾਂ ਜੀ 50 ਡਿਗਰੀ ਫੈਰਨਹੀਟ ਠੀਕ ਆ ਅਤੇ ਉਹਦਾ ਸੈਲਸੀਅਸ ਤੁਸੀਂ ਆਪੇ ਹੀ ਗੂਗਲ ਮਾਰ ਕੇ ਕਰ ਲਓਗੇ 50 ਡਿਗਰੀ ਫੈਰਨਹੀਟ ਦਾ ਜਿਹੜਾ ਸੈਲਸੀਅਸ ਆ ਉਹ ਕਿੰਨਾ ਬਣਦਾ ਆਪਾਂ ਉੱਥੇ ਸੈੱਟ ਕਰੀਦਾ ਠੀਕ ਆ ਅਤੇ ਜੇ ਆਪਾਂ ਮੀਟ ਚੱਕਣਾ ਹੋਵੇ ਮੀਟ ਨੂੰ ਕਰਨਾ ਹੁੰਦਾ ਫਰੀਜ਼ ਹੈ ਨਾ ਪੂਰਾ ਜਮਾਉਣਾ ਹੁੰਦਾ ਬਰਫ਼ ਦੇ ਵਿੱਚ ਅਤੇ ਉਹਦਾ ਟੈਂਪਰੇਚਰ ਆਪਾਂ ਸੈੱਟ ਕਰਦੇ ਹਾਂ ਕਈ ਵਾਰ -10 ਡਿਗਰੀ ਫੈਰਨਹੀਟ ਵੀ ਕਰਦੇ ਹਾਂ ਆਪਾਂ ਕਈ ਵਾਰ 0 ਡਿਗਰੀ ਹੈ ਨਾ ਇੱਦਾਂ ਦੇ ਟੈਂਪਰੇਚਰ ਉਹਦੇ ਸੈੱਟ ਕਰੀਦੇ ਆ ਮਾਈਨਸ ਦੇ ਵਿੱਚ ਠੀਕ ਆ ਅਤੇ ਜਿਹੜਾ ਉਹ ਪੂਰਾ ਬਰਫ਼ ਨਾਲ ਮਤਲਬ ਕਿ ਜੰਮਿਆ ਰਹੇ ਕਿਉਂਕਿ ਉਹਨਾਂ ਸਟੋਰ ਕਰਕੇ ਰੱਖਣਾ ਹੁੰਦਾ ਪਤਾ ਨਹੀਂ ਕਿੰਨੇ ਮਹੀਨੇ ਸਟੋਰ ਕਰਨਾ ਹੁੰਦਾ ਕਿੰਨੇ ਸਾਲ ਸਟੋਰ ਕਰਨਾ ਦੌੜ ਨੂੰ ਅਤੇ ਉਸ ਹਿਸਾਬ ਨਾਲ ਮਾਈਨਸ 'ਚ ਲਾਉਣਾ ਪੈਂਦਾ ਆਪਾਂ ਨੂੰ ਟੈਂਪਰੇਚਰ ਨੂੰ ਅਤੇ ਇਸ ਤੋਂ ਬਾਅਦ ਚੀਜ਼ ਆਉਂਦੀ ਆ ਮੋਡ ਦੀ MODE ਮੋਡ ਮੋਡ ਮਤਲਬ ਇੱਕ ਹੁੰਦਾ ਸਟਾਰਟ ਐਂਡ ਸਟੋਪ ਮੋਡ ਇੱਕ ਹੁੰਦਾ ਜੀ ਕੰਟੀਨਿਊਸ ਮੋਡ ਦੋਨਾਂ ਦੀ ਹੁਣ ਮੈਂ ਦੱਸਦਾ ਕੀ ਫਾਇਦੇ ਆ ਕੀ ਨੁਕਸਾਨ ਆ ਜਿਹੜਾ ਕੰਟੀਨਿਊਸ ਮੋਡ ਹੁੰਦਾ ਵਾ ਹੈ ਨਾ ਕੋਈ ਵੀ ਟੈਂਪਰੇਚਰ ਆਪਾਂ ਸੈੱਟ ਕੀਤਾ ਕੰਟੀਨਿਊਸ ਚੱਲਦਾ ਰਹਿਣਾ ਅਤੇ ਕੰਟੀਨਿਊਸ ਮੋਡ ਤੇਲ ਵੀ ਜ਼ਿਆਦਾ ਖਾਂਦਾ ਠੀਕ ਆ ਉਹਨੇ ਡੀਜ਼ਲ ਵੀ ਜ਼ਿਆਦਾ ਚੱਕਣਾ ਰੀਫਰ ਡੀਜ਼ਲ 'ਤੇ ਚੱਲਦਾ ਠੀਕ ਆ ਉਹਨੇ ਡੀਜ਼ਲ ਵੀ ਜ਼ਿਆਦਾ ਚੱਕਣਾ ਉਹ ਇੱਦਾਂ ਕਿ ਲਗਾਤਾਰ ਚੱਲਦਾ ਰਹਿਣਾ ਵਿੱਚੋਂ ਬੰਦ ਨਹੀਂ ਹੋਣਾ ਕਈ ਲੋਡ ਹੁੰਦੇ ਆ ਜਿੱਦਾਂ ਤੁਸੀਂ ਲਾ ਲਓ ਟਮਾਟਰਾਂ ਦਾ ਲੋਡ ਆ ਟਮਾਟਰਾਂ ਦੇ ਲੋਡ ਨੂੰ ਆਪਾਂ ਸਟਾਰਟ ਸਟੋਪ 'ਤੇ ਨਹੀਂ ਲਾ ਸਕਦੇ ਠੀਕ ਆ ਮੰਨ ਲਓ ਮੈਂ ਗਰਮੀ ਦੇ ਵਿੱਚ ਲੋਡ ਚੱਕਿਆ ਠੀਕ ਆ ਅਤੇ ਮੈਂ ਸਟਾਰਟ ਸਟੋਪ 'ਤੇ ਲਾ ਦਿੱਤਾ ਹੈ ਨਾ 5 ਮਿੰਟ ਚੱਲਿਆ ਅਤੇ 50 ਡਿਗਰੀ 'ਤੇ ਰਿਹਾ ਫੈਰਨਹੀਟ 'ਤੇ ਅਤੇ ਇੱਧਰ ਗਰਮੀ ਆ ਜ਼ਿਆਦਾ ਹੈ ਨਾ ਅਤੇ ਉਹ ਬੰਦ ਹੋ ਗਿਆ 5 ਮਿੰਟ ਵਾਸਤੇ ਬੰਦ ਹੋ ਗਿਆ ਅਤੇ ਉਹ ਜਿਹੜੇ ਟਮਾਟਰ ਵਾਲਾ ਜਿਹੜੇ ਉਹ ਗਲ ਜਾਣੇ ਆ ਗਰਮੀ ਵੱਧ ਜਾਣੀ ਆ ਟੈਂਪਰੇਚਰ ਰੀਫਰ ਦੇ ਵਿੱਚ ਗਰਮੀ ਵੱਧ ਜਾਣੀ ਆ ਸੋ ਉਹਦੇ ਕਰਕੇ ਆਪਾਂ ਇੱਦਾਂ ਲਾ ਨਹੀਂ ਸਕਦੇ ਉਹਨੂੰ ਮਤਲਬ ਆਪਾਂ ਸਟਾਰਟ ਐਂਡ ਸਟੋਪ 'ਤੇ ਨਹੀਂ ਲਾ ਸਕਦੇ ਕੰਟੀਨਿਊਸ ਚੱਲਦਾ ਰਹਿਣ ਦੇਣਾ ਇੱਕ ਮੋਡ ਇਹ ਹੁੰਦਾ ਅਤੇ ਸਟਾਰਟ ਐਂਡ ਸਟੋਪ ਦਾ ਫਾਇਦਾ ਉੱਥੇ ਹੁੰਦਾ ਜਿੱਦਾਂ ਤੁਸੀਂ ਦੇਖ ਲਓ ਕਿ ਆਪਾਂ ਲੋਡ ਚੱਕਿਆ ਹਦਵਾਣਿਆਂ ਦਾ ਹਾਂ ਹਦਵਾਣੇ ਜਿਹੜੇ ਹੁੰਦੇ ਆ ਹਦਵਾਣਿਆਂ ਨੂੰ ਵੀ ਆਪਾਂ ਕੋਈ ਟੈਂਪਰੇਚਰ ਸੈੱਟ ਕਰਨ ਦੀ ਲੋੜ ਨਹੀਂ ਪੈਂਦੀ ਜ਼ਿਆਦਾਤਰ ਕੋਈ ਟੈਂਪਰੇਚਰ ਨਹੀਂ ਹਾਂ ਜੇ ਟੈਂਪਰੇਚਰ ਸੈੱਟ ਕਰਨਾ ਉਹਦੇ ਵਾਸਤੇ ਆਪਾਂ ਸਟਾਰਟ ਐਂਡ ਸਟੋਪ ਸੈੱਟ ਕਰ ਸਕਦੇ ਹਾਂ 52 ਫਾਰਨਹੀਟ 'ਤੇ ਲਾ ਕੇ ਹੈ ਨਾ 50 ਜਾਂ 52 ਫਾਰਨਹੀਟ 'ਤੇ ਲਾ ਕੇ ਉਹਨੂੰ ਸਟਾਰਟ ਐਂਡ ਸਟੋਪ 'ਤੇ ਲਾ ਦਿੱਤਾ ਆਪਾਂ ਠੀਕ ਆ ਜਿਹੜਾ ਜੇ ਠੰਡ ਦੇ ਵਿੱਚ ਜਾਈਏ ਆਪਾਂ ਹੈ ਨਾ ਜੇ ਆਪਾਂ ਟੋਰਾਂਟੋ ਚੱਲ ਜਾਈਏ ਮਾਈਨਸ ਟੈਂਪਰੇਚਰ ਉੱਥੇ ਜਾਈਏ ਉੱਥੇ ਵੀ 50 ਡਿਗਰੀ ਮੇਨਟੇਨ ਬਣਿਆ ਰਹੇ 52 ਡਿਗਰੀ ਹੈ ਨਾ ਉੱਥੇ 52 ਡਿਗਰੀ ਬਣਿਆ ਰਹੇ ਹੈ ਨਾ ਬੰਦ ਹੋ ਕੇ ਚੱਲ ਜਾਇਆ ਕਰੇ ਬੰਦ ਹੋ ਕੇ ਚੱਲ ਜਾਇਆ ਕਰੇ ਕੋਈ ਫਰਕ ਨਹੀਂ ਪੈਣਾ ਉਹਨੂੰ ਹੈ ਨਾ ਉੱਥੇ ਵੀ ਮੇਨਟੇਨ ਰਹਿਣਾ ਇਹਦਾ ਟੈਂਪਰੇਚਰ ਅਤੇ ਜੇ ਤਾਂ ਆਪਾਂ ਗਰਮੀ 'ਚ ਆ ਗਏ ਜ਼ਿਆਦਾ ਗਰਮੀ 'ਚ ਆ ਗਏ ਉੱਥੇ ਵੀ ਉਹਦਾ 50 ਡਿਗਰੀ 52 ਡਿਗਰੀ ਬਣਿਆ ਰਹਿਣਾ ਬੰਦ ਹੋ ਕੇ ਚੱਲ ਜਾਣਾ ਬੰਦ ਹੋ ਕੇ ਚੱਲ ਜਾਣਾ ਕਿਉਂਕਿ ਇਹ ਜਿਹੜਾ ਦਬਾਣਾ ਵਾ ਇਹ ਗਲਦਾ ਨਹੀਂ ਛੇਤੀ ਹੈ ਨਾ ਇਹ ਖਰਾਬ ਨਹੀਂ ਹੁੰਦਾ ਉਹਦੇ ਕਰਕੇ ਉਹ ਸਟਾਰਟ ਐਂਡ ਸਟੋਪ 'ਤੇ ਚੱਲ ਜਾਂਦਾ ਅਤੇ ਦੋਸਤੋ ਹੁਣ ਮੈਂ ਇੱਕ ਜਗ੍ਹਾ 'ਤੇ ਜਾਣਾ ਵਾ ਮੇਰਾ ਜਿਹੜਾ ਟ੍ਰੇਲਰ ਵਾ ਨਾ ਉਹ ਸਟਾਰਟ ਐਂਡ ਸਟੋਪ 'ਤੇ ਲੌਕ ਹੋ ਚੁੱਕਾ ਵਾ ਠੀਕ ਆ
दोस्तों आप आ गए जी ट्रेलर रिपेयर वाले तो बहुत तगड़ा यार्ड है इन्हों का माड़ी मोटी गल नहीं है जी बहुत सिरा काम है इन्हों का बहुत सिरा भाऊ किधर भजा जाता तो आप हम इतने बनावे रिपेयर रिपेयर नहीं एक घंटा लगना अनलॉक करना इन्होंने मैं तुम्हें चीज़ दसदा कि लॉक हुई आ इस तो पहला कि वो आवे वो समान कट के लै गया कोई कंप्यूटर वगैरह वो ज्यादा का कला ट्रक बुकता इतने तो मैं इन ऑन कर ला पहला आ हों जी अपना कंट्रोल बोर्ड है ना यदा रीफर का तो इतों ऑन करीदा इनू हम इतों ऑन होगा फिर तुम दसदा सारिया रिपोर्टा कि हाँ भी की हिसाब किताब है यदा वह देखो सामने मैं तुम दिखा टैंपरेचर -10 लगा पहला तुम टैंपरेचर चेंज करना दिखा टैंपरेचर कि चेंज करना देखी जाए वह दसदा मैं तुम बाद टैंपरेचर अप लै गए है ना माइनस से सीगा आप प्लस से लै है ना प्लस से लै गए आने तो बाद मैं एक वाल दबता एक वाल का मतलब सैट कर देना उसे सैट करता अपना ठीक है टैंपरेचर तो इदा सैट करना टैंपरेचर इधर तो अप तो डाउन इधर तो प्लस से जाऊगा इतों अपना माइनस जाऊगा तो बड़ा एक वाल बना इधर तो सैट होगा हूँ मैं तुम कंटिन्यू से स्टॉप वाला मोड दसदा की होंगे वो सोच लगा सामने पढ़े पहला जोड़ा सोच होंगे ना ये दबना हों जे अपन लोड दसिया कि कंटिन्यूस मोड से लाना फिर आपू दब देना या आ लाइट जग उत्ते लाइट जग जानी जिथे मैं उंगली रखी ठीक है तो जे आप स्टार्ट एंड स्टॉप से लाना वा तो इनू फिर दब देना फिर जी आ लाइट स्टार्ट एंड स्टॉप वाली तो ये चीज़ों का बहुत ध्यान रखना पैंता लोड खराब हो जूगा नहीं तो बहुत महंगे लोड होंगे लोड खराब हो जाएंगे तो एक चीज़ और होंगी अलार्म वाली कई यार ना उत्ते लाइट जी है ना वो ग्रीन की जगह येलो आ जाती है ना वह मतलब कोई अलार्म शो करता पाया तो अलार्म कि क्लीयर करना या कि चेक करना और लाल वाला जी चीज़ है ना लाल बटन उन्होंने दब लेना तो फिर इतने उत्ते इतने अलार्म शो हो पैना कि अलार्म लगा ठीक है कि अलार्म वो शो हो पैना ये उत्ते ठीक है तो फिर आप नोट करके कंपनी दस देना जो सीरीयस आ जे नहीं सीरीयस कोई अलार्म है ना फिर अलार्म क्लीयर कर देना आ एक वाल वाला सोच दब के है ना उन्होंने सोच में दब के एक वाल वाले तो अलार्म क्लीयर कर देना तो आ सारी ये इंजन होंगे ये इंजन ऑयल पैंता सारा कुछ आ चीज़ आ तो बाकी जो रीफर अंदरों तो पूरा कली पूरा इदा जिदा फ्लैट होंगे है ना वो होंगे तो अंदर फ्रिज लगी होंगी है तो सामने बहर वो इंजन वा तो ये चीज़ा होंदिया तो बाकी आप जिनी मैं चीज़ तुम दसी है ना रीफर बारे है ना ड्राइवर की बस उन्नी रिस्पोंसीबिलिटी है उस तो बाद कोई रिस्पोंसीबिलिटी नहीं रीफर बारे ड्राइवर की ठीक है ड्राइवर ने बस इन्ना की समझना वा तो इन्ना की कंट्रोल करना इस तो बाद ड्राइवर की कोई जिम्मेवारी नहीं कोई टेंशन नहीं सारा खर्चा रिपेयर रिपूर जो भी हों कंपनी के सिर दर्दी आ तो ड्राइवर की कोई सिर दर्दी नहीं उदू तक ठीक है दोस्तों तो हूँ मैं तुम लैके चलना जितों आप पिकअप करनी कि जगह तो पिकअप करा आप सारा कुछ समझा तू मैं तो स्टार्ट एंड स्टॉप मोड आ गया लगता अलार्म शो करता देखदा कि शो किया वेखियो हूँ अलार्म तुम दसदा कि क्लीयर करना अलार्म ठीक है क्लीयर अलार्म इतों क्लीयर करता आप है ना तो क्लीयर हो गया अलार्म तो मेरे ख्याल प्रैशर हाई शो करता सीगा कोई पता नहीं किहड़ा प्रैशर शो करता जी चल आपां नूं की लगे आप ट्राई कर लेनी फिर चला के देख लेना थोड़ा टाइम आप जे चलता ठीक आ नहीं चलता तो भी आप उत्थे रिपेयर वाले दे राय ते हैगे आ पर रिपेयर वाले नूं कह देना कि हाँ भी रिपेयर कर दो आ गई एक प्रॉब्लम सॉल्व हुई है ना दूजी पै गई अलार्म वाली तुहानूं दसदा ही पिया ही सारे स्यापे अज ही हो जाने बस तो ट्रक अनहुक करके उत्थे लाता अपना है ना तो ट्रेलर उत्थे ही लगा वा
ਤੇ ਕੰਟੀਨਿਊਸ ਤੇ ਸਟਾਰਟ ਸਟਾਪ ਵਾਲੀ ਜਿਹੜੀ ਪ੍ਰੋਬਲਮ ਸੀਗੀ ਨਾ, ਰਾਤ ਦਾ ਟ੍ਰੇਲਰ ਬੰਦ ਪਿਆ ਸੀ ਹੈ ਨਾ, ਸਵੇਰੇ ਹੁਣ ਇੱਥੇ ਆ ਕੇ ਚਲਾਇਆ, ਆਪੇ ਸੋਲਵ ਹੋ ਗਈ, ਇਹਨਾਂ ਨੂੰ ਦਿਖਾਉਣ ਦੀ ਲੋੜ ਹੀ ਨਹੀਂ ਪਈ। ਅਤੇ ਹੁਣ ਮੈਂ ਚਲਾਉਣ ਲੱਗਾ ਜਦੋਂ ਟਰੱਕ ਹੈ ਨਾ, ਅਤੇ ਬਾਅਦ ਸ਼ੋਅ ਹੋਇਆ ਸਾਹਮਣੇ, ਮੈਨੂੰ ਸ਼ੋਅ ਹੋ ਗਿਆ ਅਲਾਰਮ ਹਾਈ ਪ੍ਰੈਸ਼ਰ ਵਾਲਾ ਹੈ ਨਾ, ਅਤੇ ਉਹ ਹਾਈ ਪ੍ਰੈਸ਼ਰ ਸ਼ੋਅ ਕਰਨ ਲੱਗ ਪਿਆ ਮੈਨੂੰ ਹੁਣ, ਅਤੇ ਹੁਣ ਦੇਖੋ ਇਹ ਕਰੂਗਾ ਸਹੀ। ਦੇਖੋ ਕਿੰਨਾ ਟਾਈਮ ਲਾਉਂਦਾ ਪ੍ਰਧਾਨ, ਸਮਾਨ ਸਾਰਾ ਰੱਖਿਆ ਭਾਊ ਨੇ। ਬੋਲ ਕੇ ਰੱਖਤਾ ਨੇ ਸਮਾਨ ਸਾਰਾ, ਬਾਰੀ ਲਾ ਕੇ ਲੈ ਗਿਆ ਟ੍ਰੇਲਰ ਦੀ, ਉਹ ਵੀ ਲਾ ਦੇ ਲੱਗਾ, ਦੂਜੀ ਵੀ ਲਾ ਦੇ ਲੱਗਾ। ਓ ਮਾਈ ਗਾਡ, ਇਹ ਕੀ ਕਰੀ ਜਾਂਦਾ ਪ੍ਰਧਾਨ, ਕੁਰਸੇ ਖੋਲ੍ਹ ਕੇ ਵੇਚਣਾ ਦਵੇ ਦੇ। ਤੁਸੀਂ ਗਰਮੀ ਚੈੱਕ ਕਰੋ, 30 ਡਿਗਰੀ ਟੈਂਪਰੇਚਰ ਆ, ਅਤੇ ਇਸ ਟਾਈਮ ਟੋਰੋਂਟੋ ਦੇ ਵਿੱਚ ਹੈਗਾ ਉਹ -7 ਡਿਗਰੀ, ਪਤਾ ਨਹੀਂ -5 ਡਿਗਰੀ, ਇੰਨਾ ਕੁ ਟੈਂਪਰੇਚਰ ਹੈਗਾ। ਉਹ ਪ੍ਰੋਬਲਮ ਸ਼ੋਅ ਕੀਤੀ ਉਹਨੇ ਹੁਣ, ਅਲਾਰਮ ਚੈੱਕ ਕਰੂਗਾ ਹਾਈ ਪ੍ਰੈਸ਼ਰ ਡਿਸਚਾਰਜ ਵਾਲਾ, ਦੇਖੋ ਕੀ ਪ੍ਰੋਬਲਮ ਦੇਖਦਾ ਉਹਦੇ ਵਿੱਚ। ਮੈਂ ਚੰਗੇ ਵੇਲੇ ਨਾ ਇੱਥੋਂ ਤੁਰਿਆ ਨਹੀਂ, ਆਪੇ ਸਹੀ ਹੋ ਗਿਆ ਸਟਾਰਟ ਐਂਡ ਸਟੋਪ ਅਤੇ ਕੰਟੀਨਿਊਸ ਵਾਲਾ, ਮੈਂ ਤੁਰਿਆ ਨਹੀਂ ਇੱਥੋਂ, ਮੈਂ ਤਾਂ ਨਹੀਂ ਤੁਰਿਆ, ਮੈਂ ਕਿਹਾ ਕੀ ਪਤਾ ਕੋਈ ਪ੍ਰੋਬਲਮ ਦੇ ਦੇ, ਉਹੀ ਚੱਕਰ ਪਿਆ, ਇਹਨੇ ਪ੍ਰੋਬਲਮ ਦੇ ਦਿੱਤੀ ਅਲਾਰਮ ਦੀ। ਚਲੋ ਦੇਖੋ ਹੁਣ ਕਿੰਨਾ ਟਾਈਮ ਲਾਉਂਦੇ, ਮੇਰੀ ਪਿਕਅਪ ਆ, ਅੱਧੇ ਘੰਟੇ ਦੀ ਅਪੁਆਇੰਟਮੈਂਟ ਆ, ਮੇਰੀ ਅੱਧਾ ਘੰਟਾ ਅਜੇ ਪਿਆ ਅਜੇ ਅਪੁਆਇੰਟਮੈਂਟ ਦਾ, ਅੱਧਾ ਘੰਟਾ ਉਹਨਾਂ ਨੂੰ ਲਾ ਦੇਣਾ ਆਰਾਮ ਨਾਲ। ਚਲੋ ਕੋਈ ਨਹੀਂ, ਰਾਤ ਤੱਕ ਖੁੱਲ੍ਹੇ ਹੁੰਦੇ ਆ ਪ੍ਰਧਾਨ ਸਾਰੇ ਇੱਥੇ, ਆਹ ਲਰੀਡੋ ਵਾ ਮੈਂ ਕਹਿ ਲੈਣਾ, ਧੁੱਪ ਚੜ੍ਹੀ ਹੁੰਦੀ 8-9 ਵਜੇ ਤੱਕ ਇੱਥੇ ਦੇ। ਦੇਖੋ ਕਿੰਨਾ ਟਾਈਮ ਲਾਉਂਦੇ ਆ, ਇਹਦੇ ਕੋਲੋਂ ਵੀ ਗੱਲ ਨਹੀਂ ਬਣਦੀ ਪਈ ਮੇਰੇ ਖਿਆਲ ਨਾਲ, ਦੇਖੋ ਕੀ ਕਰਦੇ ਆ ਇਹ, ਘੁਲੀ ਮਿਲੀ ਤਾਂ ਜਾਂਦੇ ਆ ਟ੍ਰੇਲਰ ਦੇ ਨਾਲ, ਅਤੇ ਦੇਖੋ ਕਿੰਨੀ ਸਿਰ ਖਪਾਈ ਹੁੰਦੀ ਆ ਕਿੰਨੀ ਨਹੀਂ ਹੁੰਦੀ, ਇਹ ਤਾਂ ਮਾਲਕ ਹੀ ਜਾਣਦਾ ਕੀ ਕਰ ਸਕਦੇ ਹਾਂ ਆਪਾਂ। ਅਤੇ ਤੁਹਾਨੂੰ ਜਿੰਨਾ ਰੀਫਰ ਦਾ ਦੱਸਿਆ ਮੈਂ ਹੈ ਨਾ, ਕਿ ਜਿੱਦਾਂ ਕਿ ਤੁਹਾਨੂੰ ਦੱਸਿਆ ਨਾ ਆਪਣੀ ਸਿਰ ਦਰਦੀ ਕੋਈ ਨਹੀਂ, ਆਪਣਾ ਟੈਂਪਰੇਚਰ ਸੈੱਟ ਕਰਨ ਤੱਕ ਦਾ ਵਾ ਅਪ ਐਂਡ ਡਾਊਨ, ਅਤੇ ਇੱਕ ਮਿੰਟ ਹਾਂ, ਆਪਣਾ ਟੈਂਪਰੇਚਰ ਸੈੱਟ ਕਰਨ ਤੱਕ ਦਾ ਵਾ ਅਪ ਐਂਡ ਡਾਊਨ ਹੈ ਨਾ, ਸਟਾਰਟ ਸਟੋਪ ਜਾਂ ਕੰਟੀਨਿਊਸ ਜਾਂ ਅਲਾਰਮ ਆ ਗਿਆ, ਅਲਾਰਮ ਦੇਖ ਲੈਣਾ ਕਿਹੜਾ ਆਇਆ। ਹੁਣ ਮੈਂ ਜਿੱਦਾਂ ਦੇਖਿਆ ਅਲਾਰਮ ਦੇਖਿਆ, ਅਲਾਰਮ ਆਇਆ ਉੱਤੇ ਹੈ ਨਾ, ਅਲਾਰਮ ਨੂੰ ਸਿਲੈਕਟ ਕੀਤਾ, ਉੱਤੇ ਆਇਆ ਹਾਈ ਪ੍ਰੈਸ਼ਰ ਵਾਲਾ ਹੈ ਨਾ, ਮੈਂ ਕਲੀਅਰ ਕਰਕੇ ਚਲਾਇਆ ਟਰੱਕ ਨੂੰ ਹੈ ਨਾ, ਟ੍ਰੇਲਰ ਨੂੰ ਚਲਾਇਆ ਕਲੀਅਰ ਕਰਕੇ, ਚੱਲਦਾ ਰਹਿਣ ਤਾਂ ਉਨੇ ਟਾਈਮ ਨੂੰ ਮੈਂ ਰੋਟੀ ਖਾ ਲਈ, 15-20 ਮਿੰਟ ਚੱਲਿਆ ਬੰਦ ਹੋ ਗਿਆ, ਫਿਰ ਸੇਮ ਅਲਾਰਮ ਆ ਗਿਆ ਹੈ ਨਾ, ਫਿਰ ਮੈਨੂੰ ਪਤਾ ਲੱਗ ਗਿਆ ਕਿ ਹਾਂ ਵੀ ਖਰਾਬੀ ਵੱਡੀ ਆ ਗਈ ਹੈ ਨਾ। ਅਤੇ ਫਿਰ ਮੈਂ ਕਾਲ ਕੀਤੀ ਆਪਣੀ ਕੰਪਨੀ ਨੂੰ, ਮੈਂ ਕਿਹਾ ਸਟਾਰਟ ਐਂਡ ਸਟੋਪ ਅਤੇ ਕੰਟੀਨਿਊਸ ਵਾਲਾ ਚੱਕਰ ਜਿਹੜਾ ਉਹ ਆਪੇ ਆਪਣੇ ਆਪ ਹੀ ਸੋਲਵ ਹੋ ਗਿਆ ਸੀਗਾ ਹੈ ਨਾ, ਅਤੇ ਆਪੇ ਉਹਨਾਂ ਨੇ ਡਨ ਕਰਤਾ ਸੀਗਾ, ਅਤੇ ਮਤਲਬ ਕਿ ਆਪੇ ਜਦੋਂ ਮੈਂ ਔਨ ਕੀਤਾ ਤਾਂ ਆਪੇ ਹੀ ਹੋ ਗਿਆ ਡਨ ਹੈ ਨਾ। ਅਤੇ ਬਾਕੀ ਹੁਣ ਨਵਾਂ ਪੰਗਾ ਪਈ ਜਾਂਦਾ ਹਾਈ ਪ੍ਰੈਸ਼ਰ ਵਾਲਾ ਹੈ ਨਾ, ਇੱਦਾਂ ਡਿਸਚਾਰਜ ਹਾਈ ਪ੍ਰੈਸ਼ਰ ਵਾਲਾ ਅਲਾਰਮ ਆਈ ਜਾਂਦਾ, ਅਤੇ ਮੈਂ ਕਿਹਾ ਹੁਣ ਇਹ ਦਿਖਾਉਣ ਲੱਗਾ ਮੈਂ, ਅਤੇ ਦੱਸਿਆ, ਅਤੇ ਫਿਰ ਮੈਂ ਉਹਨਾਂ ਦੀ ਪਰਮਿਸ਼ਨ ਲਈ, ਅਤੇ ਫਿਰ ਕਹਿੰਦੇ ਚੱਲ ਦਿਖਾਲਾ, ਅਤੇ ਹੁਣ ਮੈਂ ਇੱਥੇ ਦਿਖਾਇਆ ਵਾ, ਅਤੇ ਪੰਗੇ ਲਈ ਜਾਂਦਾ, ਪਤਾ ਨਹੀਂ ਕਿੰਨਾ ਟਾਈਮ ਲੱਗਣਾ ਕਿੰਨਾ ਨਹੀਂ। ਅਤੇ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਰੀਫਰ ਬਾਰੇ ਜਾਣਕਾਰੀ ਦਿੱਤੀ ਆ ਹੈ ਨਾ, ਕਿ ਆਪਾਂ ਟੈਂਪਰੇਚਰ ਕਿੱਦਾਂ ਵਧਾਉਣਾ ਘਟਾਉਣਾ ਹੈ ਨਾ, ਅਤੇ ਉਹਨੂੰ ਕਿੱਦਾਂ ਸੈੱਟ ਕਰਨਾ ਇੱਕ ਜਗ੍ਹਾ 'ਤੇ, ਅਤੇ ਸਟਾਰਟ ਸਟੋਪ ਕੀ ਹੁੰਦਾ, ਕੰਟੀਨਿਊਸ ਕੀ ਹੁੰਦਾ ਹੈ ਨਾ, ਆਹ ਸਾਰਾ ਕੁਝ ਦੱਸਿਆ, ਅਲਾਰਮ ਬਾਰੇ ਦੱਸਿਆ, ਅਤੇ ਅਲਾਰਮ ਪ੍ਰੈਕਟੀਕਲੀ ਵੀ ਕਰਕੇ ਦੱਸਤਾ ਕਿ ਜੇ ਕੋਈ ਅਲਾਰਮ ਆਵੇ ਤਾਂ ਆਪਾਂ ਕਿਵੇਂ ਉਹ ਉਦੋਂ ਆਪਾਂ ਟ੍ਰੀਟ ਕਰਨਾ। ਸੋ ਆਪਾਂ ਨੂੰ ਅਲਾਰਮ ਆ ਗਿਆ ਸੀ, ਆਪਾਂ ਕੰਪਨੀ ਨੂੰ ਦੱਸਤਾ, ਅਲਾਰਮ ਥੋੜ੍ਹਾ ਜਿਹਾ ਮੇਜਰ ਸੀਗਾ ਜਿਹੜਾ ਹੈ ਨਾ, ਸਾਈਨ ਆਇਆ ਥੋੜ੍ਹਾ ਮੇਜਰ ਸੀਗਾ, ਅਤੇ ਆਪਾਂ ਆਏ ਸੀਗੇ ਮਕੈਨਿਕ 'ਤੇ, ਸਟਾਰਟ ਐਂਡ ਸਟੋਪ ਵਾਲੀ ਪ੍ਰੋਬਲਮ ਆਪੇ ਦੂਰ ਹੋ ਗਈ ਹੈ ਨਾ, ਉਹਦੀ ਜਗ੍ਹਾ 'ਤੇ ਨਵੀਂ ਪ੍ਰੋਬਲਮ ਪੈ ਗਈ। ਅਤੇ ਦੇਖੋ ਹੁਣ ਰਿਪੇਅਰ ਵਾਲੀ ਸ਼ੋਪ 'ਤੇ ਆਏ ਹਾਂ ਆਪਾਂ ਹੈ ਨਾ ਇੱਥੇ, ਅਤੇ
ਹੁਣ ਉਹ ਰਿਪੇਅਰ ਕਰਦਾ ਪਿਆ ਦੇਖੋ ਕਿੰਨਾ ਟਾਈਮ ਲੱਗਦਾ ਕੋਈ ਪਾਰਟ ਪਾਉਣ ਵਾਲਾ ਵਾ ਪਾਰਟ ਪਾਈ ਜਾਂਦਾ ਪ੍ਰਧਾਨ ਕਿੰਨਾ ਟਾਈਮ ਲੱਗਦਾ ਆਹਦਾ ਟਾਈਮ ਲੱਗ ਜਾਣਾ ਅਤੇ ਜਿੱਥੋਂ ਮੈਂ ਪਿਕਅਪ ਕਰਨੀ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਮੇਰੀ ਪਿਕਅਪ ਆ ਤੁਹਾਡੇ ਕੋਲ ਮੈਂ ਲੇਟ ਹੋ ਜਾਣਾ ਕਹਿੰਦਾ ਕੋਈ ਚੱਕਰ ਨਹੀਂ ਟਾਈਮ ਲਾਇਆ ਆਪਣਾ ਅਜੇ ਮੈਕਸੀਕੋ ਤੋਂ ਲੋਡ ਆ ਰਿਹਾ ਵਾ ਉਹ ਮੈਕਸੀਕੋ ਤੋਂ ਲੋਡ ਆ ਰਿਹਾ ਸਾਡਾ ਮੈਕਸੀਕੋ ਵਾਲਿਆਂ ਨੇ ਇੱਥੇ ਲਾਉਣਾ ਅਤੇ ਮੈਂ ਅੱਗੇ ਕਨੇਡਾ ਲੈ ਕੇ ਜਾਣਾ ਤਿੰਨ ਕੰਟਰੀਆਂ 'ਚ ਲੋਡ ਆਇਆ ਵੇਖ ਲਓ ਮੈਕਸੀਕੋ ਤੋਂ USA USA ਤੋਂ ਟੋਰਾਂਟੋ ਇੱਦਾਂ ਜਾਣਾ ਲੋਡ ਇੱਦਾਂ ਹੀ ਬਸ ਇੰਪੋਰਟ ਐਕਸਪੋਰਟ ਚੱਲਦਾ ਇਹਨਾਂ ਦਾ ਚਲੋ ਦੋਸਤੋ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ ਬਹੁਤ ਜਲਦੀ ਅਤੇ ਜੇ ਜਾਣਕਾਰੀ ਵਧੀਆ ਲੱਗੀ ਹੋਈ ਤਾਂ ਕਮੈਂਟ ਕਰਕੇ ਦੱਸ ਦੇਣਾ ਕਿ ਬਹੁਤ ਵਧੀਆ ਜਾਣਕਾਰੀ ਆ ਅਤੇ ਇੱਦਾਂ ਦੀਆਂ ਹੋਰ ਘੈਂਟ ਤੋਂ ਘੈਂਟ ਵੀਡੀਓ ਬਣਾਉਂਦਾ ਰਹੂੰਗਾ ਮੈਂ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਨੂੰ ਸ਼ੇਅਰ ਕਰ ਦਿਉ ਅਤੇ ਧੰਨਵਾਦ ਸਾਰਿਆਂ ਦਾ ਵੀਡੀਓ ਐਂਡ ਤੱਕ ਦੇਖਣ ਵਾਸਤੇ ਮਿਲਦੇ ਹਾਂ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ।